स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड अजित गिल ये जैतो तहसील ते फरीदकोट जिले का पिंड कोटकपुरे तो जैतो नूं जाना होवे तां रोड दे उत्ते दोस्तों मत्ता पिंड आउंदा गुरु की ढाब गुरद्वारा साहब आउंदा ते उद्दू अगे अजित गिल वाल नूं सड़क मुड़दी है छिपदे वाले पासे एक किलोमीटर सड़क तो दूरी दे उत्ते पिंड अजित गिल जिहड़े घर चों वीडियो बना रहे हैं दोस्तों बहुत वीडियो पहलां बनाईआं क्योंकि भाई व्यापार का काम करते हैं पिछले कुछ टाइम तो एक बार जिहड़ा व्यापार का काम रोकिया हुआ सी पर हुण दुबारा जिहड़ा उह शुरू कीता है ते गावां हुण रूटीन च इत्थे तुहानूं देखण नूं मिलिया करनगियां। अज दी वीडियो च दो नग तुहानूं दिखाउणे आ जिहदे च इक गां हजे टाइम लैंदी आ सूण च ते इक गां जिहड़ी बहुत सोहणी तैयारी दे नाल रात ही सूई है बाकी आपां भाई तों जानकारी सारी लवांगे किन्ना टाइम हो गया सूई नूं की इहने बच्चा दित्ता सो वीडियो नूं तुसीं एंड तक देखदे रहो जिहनूं इहनां चों जिहड़ी गां जिहड़ा नग पसंद आ जू तसली तुसीं करनी आ के ते उह आपदी तसली करके तुसीं खरीद सकदे हो तां उह जानकारी लैंदे आ पहलां जिहड़ी इह गां हजे टाइम लैंदी है सूण च कच्ची है इहदे बारे ते फिर तुहानूं जिहड़ी इधर बहुत सोहणी तैयारी दे नाल सूई सवाई गां जिहड़ी उह दिखावांगे। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਨਾਮ ਦੱਸ ਦੀ ਲਖਵੀਰ ਹੈ ਬਾਈ ਨਾਮ। ਠੀਕ ਹੈ ਲਖਵੀਰ, ਹੁਣ ਆਇਆ ਕਰਨਗੇ ਪਸ਼ੂ? ਹਾਂ ਬਾਈ, ਹੁਣ ਤਿੰਨ ਚੀ ਆਇਆ ਕਰਨਗੇ। ਠੀਕ ਹੈ, ਗਾਵਾਂ ਹੀ ਲਿਆਇਆ ਕਰਾਂਗੇ ਕਿ ਜਾਂ ਮੱਝ ਵੀ ਆਇਆ? ਨਹੀਂ, ਗਾਂ ਨਹੀਂ ਆਉਣੀ। ਗਾਵਾਂ ਹੀ ਆਉਣੀ? ਠੀਕ ਹੈ, ਜਿਹੜੀ ਅੱਜ ਪਹਿਲੇ ਨੰਬਰ ਤੇ ਗਾਂ ਦਿਖਾਉਣੀ ਹੈ ਕਿੰਨਵਾਂ ਸੂਆ? ਬਾਈ ਜੀ ਪਹਿਲਾ ਸੂਆ 4 ਦੰਦ ਦਾ ਹੈ। 4 ਦੰਦ ਪਹਿਲਾ ਸੂਆ, ਦਿਨ ਕਿੰਨੇ ਕੁ ਲੈ ਜੂ? 10 ਤੋਂ 12 ਦਿਨ ਲੈ ਜੂ। 10 12 ਦਿਨ ਹਜੇ ਲੈ ਜੂਗੀ। ਕੀ ਰੇਟ ਰੱਖੇਗਾ? 58000 ਰੁਪਏ ਬਾਈ। ਖੋਲੀ ਨੂੰ ਦੱਸੋ, 58000 ਰੇਟ ਹੈ 4 ਦੰਦ ਚੰਗੇ ਕੱਦ ਕਾਠ ਦੀ ਗਾਂ ਹਜੇ 10 12 ਦਿਨ ਲੈਂਦੀ ਹੈ ਹਵਾਨਾ 10 12 ਦਿਨ ਕੱਚੀ ਦੇ ਹਿਸਾਬ ਤੇ ਸੋਹਣਾ ਦਿਖਾ ਰਹੀ ਹੈ ਤੇ ਇਹ 4 ਦੰਦ ਵੈੜ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਹਵਾਨਾ ਪਛਾਹ ਨੂੰ ਵੀ ਚੰਗਾ ਦਿਖਾ ਰਹੀ ਹੈ ਉਹ ਥਣ ਦਾ ਸਹਿਜ ਜਿਹੜਾ ਦੋਸਤੋ ਪਹਿਲਾਂ ਪਸ਼ੂ ਜਦੋਂ ਨੇੜ ਆਉਂਦਾ ਸੂਣ ਦੇ ਜਦੋਂ ਥਣਾਂ ਦੇ ਵਿੱਚ ਧਾਰਾਂ ਪਾਊਗੀ ਤਾਂ ਉਦੋਂ ਜਿਹੜਾ ਉਹ ਪੂਰਾ ਖੁੱਲਣਾ ਹੁੰਦਾ ਵੈਸੇ ਹੱਥੀ ਚਵਾਈ ਵਾਸਤੇ ਥਣ ਸੋਹਣਾ ਕੱਢੂਗੀ ਵੈੜ 58000 ਰੇਟ ਹੈ 4 ਦੰਦ ਹੈ ਤੇ ਪਹਿਲਾ ਸੂਆ ਇਸ ਵੈੜ ਨੇ ਸੂਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਦੋਸਤੋ ਜਦੋਂ ਸਾਈਡ ਨੂੰ ਜਾਂਦੀ ਹੈ ਚੰਗਾ ਦਿਖਾਉਂਦੀ ਹੈ ਤੇ ਢਿੱਲ ਜਿਹੜੀ ਉਹ ਵੀ ਕਾਫੀ ਦਿਸਦੀ ਹੈ ਸੋ ਇਧਰੋਂ ਤੁਸੀਂ ਜਿਹੜੀ ਅਗਾੜੀ ਦੇਖੋਗੇ ਤਾਂ ਉਹ ਵੀ ਇਹਦੀ ਚੰਗੀ ਦਿਸਦੀ ਹੈ ਸੋ ਇਹ ਪਹਿਲੇ ਨੰਬਰ ਤੇ ਗਾਂ ਇਹ ਤੋਂ ਬਿਨਾਂ ਇੱਕ ਬਿਲਕੁਲ ਤਾਜ਼ੀ ਸੂਈ ਵੀ ਬਹੁਤ ਸੋਹਣੇ ਥਣ ਹਵਾਨੇ ਦੀ ਇਹ ਵੈੜ ਇਹਦੇ ਬਾਰੇ ਪੁੱਛਦੇ ਹਾਂ ਬਾਈ ਇਹ ਕਿੰਨਵਾਂ ਸੂਆ ਸੂਈ ਇਹ ਬਾਈ ਪਹਿਲੇ ਸੂਆ ਹੋਈ ਹੈ ਪਹਿਲਾ ਸੂਆ ਸੂਈ ਹੈ ਇਹ ਸੂਈ ਕਦੋਂ ਕਾ ਇਹ ਰਾਤ 12:00 ਸੂਈ ਹੈ ਜੇਰ ਸਹੀ ਪੈ ਗਈ ਹਾਂ ਬਾਈ ਜੇਰ ਉਹ ਪਈ ਆਪਣੀ ਬੱਚਾ ਕੀ ਦਿੱਤਾ ਇਹਨੇ ਬੱਚੀ ਹੈ ਬਾਈ ਇਹਦਾ ਕੀ ਰੇਟ ਰੱਖੇਗਾ ਇਹਦਾ 65000 ਰੁਪਏ 65000 ਇੱਕ ਮਿੰਟ ਖੜੀ ਰਹਿੰਦੀ ਦੱਸੋ ਬੱਚਾ ਵੱਛੀ ਹੈ ਤੇ ਰਾਤ 12 ਵਜੇ ਸੂਈ ਹੈ ਤੁਸੀਂ ਇਹਦੇ ਥਣ ਜ਼ਰੂਰ ਦੇਖ ਲਓ ਪਹਿਲਾਂ ਹੱਥੀ ਚਵਾਈ ਵਾਸਤੇ ਬਹੁਤ ਸੋਹਣਾ ਥਣ ਤੁਹਾਨੂੰ ਦਿਸੂਗਾ ਚਾਰੇ ਥਣ ਬਿਲਕੁਲ ਇੱਕੋ ਜਿਹੇ ਦਿਸਦੇ ਆ ਸਹਿਜ ਵੀ ਥਣਾਂ ਦਾ ਜਿਹੜਾ ਉਹ ਚੰਗਾ ਹੈ ਅਗਾੜੀ ਇਹਦੀ ਕਾਫੀ ਭਾਰੀ ਹੈ ਪਛਾਹ ਨੂੰ ਵੀ ਹਵਾਨਾ ਚੰਗਾ ਦਿਖਾਉਂਦੀ ਹੈ ਥੋੜਾ ਕ੍ਰੋਸ ਬਰੀਡ ਦੇ ਵਿੱਚ ਪੈਂਦੀ ਹੈ ਵੈੜ ਪਹਿਲਾ ਸੂਆ ਇਹ ਸੂਈ ਹੈ ਤੇ ਜੇਰ ਇਹਦੀ ਕੰਪਲੀਟ ਪੈ ਗਈ ਸੀ ਉਹ ਬਾਈ ਨੇ ਇੱਧਰ ਟੋਕਰੇ ਦੇ ਵਿੱਚ ਹੀ ਰੱਖੀ ਹੋਈ ਹੈ ਜੇ ਨੱਪੀ ਨਹੀਂ ਗਈ ਖੋਲੀ ਬਾਈ ਨੂੰ ਤੋਰੀ ਸੋ ਬੱਚਾ ਦੋਸਤੋ ਇਹਦੇ ਨਾਲ ਵੱਛੀ 65000 ਇਹਦਾ ਰੇਟ ਚੰਗਾ ਦੁੱਧ ਇਹਦੇ ਤੋਂ ਉਮੀਦ ਕਰ ਸਕਦੇ ਹਾਂ ਅਤੇ ਖਾਸ ਗੱਲ ਜਿਹੜੀ ਕ੍ਰੋਸ ਬਰੀਡ ਦੀ ਇਹ ਰਹਿੰਦੀ ਹੁੰਦੀ ਹੈ ਵੀ ਇਹਨਾਂ ਦੀ ਫੈਂਟ ਚੰਗੀ ਆ ਜਾਂਦੀ ਹੈ ਹਵਾਨਾ ਤਾਂ ਪਛਾਹ ਨੂੰ ਵੀ ਬਹੁਤ ਸੋਹਣਾ ਦਿਖਾ ਰਹੀ ਹੈ ਲੰਬੀ ਤੋਰਦੀ ਬਾਈ ਥੋੜ੍ਹੀ ਅਤੇ ਅਗਾੜੀ ਵੀ ਨੋਟ ਕਰ ਲਓ ਜੀ ਦੋਸਤੋ ਇਹਦੀ ਅਗਲੇ ਪਾਸੇ ਨੂੰ ਹਵਾਨਾ ਬਹੁਤ ਚੰਗਾ ਪੂਰੀ ਤਿਆਰੀ ਦੇ ਵਿੱਚ ਇਹ ਵੈੜ ਸੂਈ ਹੈ ਬਾ ਮੋੜ ਲਾ ਬਾਈ ਮੀਡੀਅਮ ਹਾਈਟ ਦੇ ਵਿੱਚ ਹੈ ਤੇ ਹਵਾਨਾ ਇਹਦਾ ਬਹੁਤ ਤਕੜਾ ਤਿਆਰ ਹੈ ਜਿੰਨਾ ਕਿ ਇਹਦਾ ਵੇਟ ਆ ਉਹਦੇ ਹਿਸਾਬ ਤੇ ਹਵਾਨਾ ਇਹਦਾ ਵੀ ਪੂਰਾ ਤੁਹਾਨੂੰ ਤਿਆਰ ਮਿਲੂਗਾ ਚੰਗਾ ਥਣ ਦਾ ਸਾਈਜ਼ ਦੋਸਤੋ ਇਹਦਾ ਹੱਥੀ ਚਵਾਈ ਵਾਸਤੇ ਥੱਲੋਂ ਥਣ ਬਿਲਕੁਲ ਤਿੱਖਾ ਦਿਸੂਗਾ ਤੇ ਮੁੱਢ ਜਿਹੜਾ ਉਹ ਕਾਫੀ ਮੋਟਾਈ ਦੇ ਵਿੱਚ ਹੈ ਸੋ ਇਹ ਬਿਲਕੁਲ ਤਾਜ਼ੀ ਸੂਈ ਵੀ ਗਾਂ ਤੁਸੀਂ ਦੇਖ ਰਹੇ ਹੋ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਸੋ ਵੱਛੀ ਜਿਹੜੀ ਉਹ ਵੀਰਨੇ ਦੇ ਨਾਲ ਹੀ ਵੱਧੀ ਹੈ ਹਜੇ ਰਾਤ ਸੂਈ ਹੈ ਉਹਦੇ ਕਰਕੇ ਬੱਚਾ ਛੋਟਾ ਜਿਹੜਾ ਉਹ ਆਮ ਤੌਰ 'ਤੇ ਪਿਆ ਹੀ ਰਹਿੰਦਾ ਸੋ ਦੇਖ ਸਕਦੇ ਹੋ ਤੁਸੀਂ ਇਹਦਾ ਥਣ ਹਵਾਨਾ ਜਿਹੜਾ ਉਹ ਵੀ ਬਹੁਤ ਚੰਗਾ ਸੋ ਇਹ ਵੱਛੀ ਦੋਸਤੋ ਇਸ ਗਾਂ ਦੇ ਨਾਲ ਅਤੇ ਇਹ ਤੋਂ ਬਿਨਾਂ ਇੱਧਰ ਹਜੇ ਟਾਈਮ ਲੈਂਦੀ ਹੈ ਸੂਣ 'ਚ ਥੋੜ੍ਹੀ ਕੱਚੀ ਗਾਂ ਪਸੰਦ ਆਵੇ ਤਾਂ ਕਾਲ ਜਿਹੜੀ ਉਹ ਤੁਸੀਂ ਨੰਬਰ ਸਕਰੀਨ 'ਤੇ ਹੈ ਇਸ 'ਤੇ ਕਰ ਸਕਦੇ ਹੋ ਆ ਕੇ ਦੇਖਣਾ ਤੁਹਾਡਾ ਹੱਕ ਹੈ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।